ਗੁੱਡ ਈਵਨਿੰਗ ਬੇਟਾ ਆਪਾਂ ਨੈਕਸਟ ਟਾਪਿਕ ਕਰਨਾ ਹੈ ਕਿ ਅਧੂਰੇ ਚਿੱਤਰ ਨੂੰ ਆਪਾਂ ਨੇ ਪੂਰਾ ਕਰਨਾ ਹੈ ਠੀਕ ਹੈ ਆ ਦੇਖੋ ਆਪਾਂ ਨੂੰ ਇੱਕ ਚਿੱਤਰ ਦਿੱਤਾ ਹੋਇਆ ਹੈ ਇਹਦੇ ਨਾਲ ਤੁਹਾਨੂੰ ਚਾਰ ਚੁਆਇਸਿਸ ਦਿੱਤੀਆਂ ਹੋਈਆਂ ਨੇ ਦੱਸੋ ਇੱਥੇ ਆਹ ਜਗ੍ਹਾ ਤੇ ਕਿਹੜਾ ਫਿੱਲ ਹੋਊਗਾ ਠੀਕ ਹੈ ਇਹੀ ਕਹਿ ਰਿਹਾ ਹੁਣ ਇਹਦੇ ਲਈ ਦੇਖੋ ਤੁਸੀਂ ਇਹਨੂੰ ਇੱਕ ਵਾਰੀ ਫਿੱਲ ਹੀ ਕਰ ਲਿਆ ਕਰੋ ਪਹਿਲਾਂ ਚੰਗੀ ਤਰ੍ਹਾਂ ਨਾਲ ਠੀਕ ਹੈ ਦੇਖੋ ਇਹਨੂੰ ਕਿਵੇਂ ਫਿੱਲ ਹੋਊਗਾ ਲੋ ਇਹਨੂੰ ਫਿੱਲ ਕਰ ਲਈਏ ਪਹਿਲਾਂ ਆਪਾਂ ਇਹਨੇ ਇੱਕ ਤਾਂ ਐ ਜਾਣਾ ਠੀਕ ਹੈ ਦੇਖੀਏ ਸੌਰੀ ਦੇਖੋ ਇਹਦੇ ਲਈ ਕਿਵੇਂ ਫਿਲ ਕਰੀਏ ਆਪਾਂ ਇੱਕ ਦਾ ਇੱਕ ਲੀਕਾ ਦਾ ਆਹ ਬਣਾਣੀ ਹੈ ਇਹ ਅਹ ਠੀਕ ਹੈ ਇੱਕ ਦਾ ਐਵੇਂ ਬਣਾਵਾਂਗੇ ਤੇ ਫਿਰ ਇੱਕ ਮਿੰਟ ਇੱਕ ਦਾ ਲਾਈਨ ਚਾਹੀਦੀ ਹੈ ਇਹ ਹੋਰ ਇਹਦੇ ਉੱਤੇ ਆਹ ਲਾਈਨ ਚਾਹੀਦੀ ਹੈ ਦੇਖੋ ਐਵੇਂ ਸਿੱਧੀ ਪੂਰੀ ਲਾਈਨ ਇਦੇ ਉੱਤੇ ਲਾਈਨ ਚਾਹੀਦੀ ਏ ਤੇ ਇੱਕ ਇਧਰਲੇ ਪਾਸੇ ਡੰਡੀ ਲੱਗੀ ਹੋਵੇ ਇਹੀ ਚਾਹੀਦਾ ਦੇਖੋ ਗੋਲਾ ਥੋੜਾ ਬਣਿਆ ਹੋਇਆ ਠੀਕ ਹੈ ਇੱਕ ਤਾਂ ਐ ਚਾਹੀਦਾ ਐ ਇੱਕ ਲਾਈਨ ਚਾਹੀਦੀ ਏ ਇੱਕ ਆਹ ਜਗ੍ਹਾ ਤੇ ਡੰਡੀ ਦੇਖੋ ਇਹਦੇ ਚੋਂ ਕਿਹੜਾ ਸੈਟੀਸਫਾਈ ਕਰੂ ਇੱਕ ਆ ਗੱਬੇ ਆ ਲਾਈਨ ਚਾਹੀਦੀ ਏ ਐਵੇਂ ਚਾਹੀਦੀ ਏ ਫਿਗਰ ਦੇਖੋ ਕਿਦੇ ਵਿੱਚ ਆ ਫਿਗਰ ਬਣੀ ਹੋਈ ਹੈ ਥੋਡੀ ਐਵੇਂ ਆਹ ਦੇਖੋ ਆਹ ਤਾਂ ਗਿਆ ਆਹ ਵੀ ਗਿਆ ਆ ਵੀ ਗਿਆ ਲੋਅ ਅਨਸਰ ਲਾ ਇੰਨਾ ਸੌਖਾ ਕੰਮ ਕਲੀਅਰ ਲੋ ਇੱਕ ਕੁਸ਼ਣ ਹੋਰ ਦੇਖੀਏ ਲੋ ਅਗਲੇ 'ਚ ਦੇਖੋ ਦੇਖੋ ਇਹਦੇ 'ਚ ਕੀ ਕੀਤਾ ਹੈ ਬੱਲਰ ਐਵੇਂ ਸੀਗਾ ਇਹਨੂੰ ਇਹਨੇ ਇੱਥੋਂ ਦੀ ਇਧਰ ਲੈ ਗਿਆ ਆ ਪੂਰੇ ਟ੍ਰਾਇੰਗਲ ਨੂੰ ਚੱਕ ਕੇ ਐਵੇਂ ਰੱਖ ਲਿਆ ਉਹਨੇ ਇਹ ਕਹ ਲੋ ਇੱਕ ਹਿੱਸਾ ਇੱਥੋਂ ਦੀ ਇੱਕ ਡੱਬਾ ਘੁਮਾਤਾ ਇੱਥੇ ਪਹੁੰਚ ਗਿਆ ਦੇਖੋ ਆ ਬਣਿਆ ਫੇਰ ਇਹਨੇ ਐਵੇਂ ਤਾਂ ਨਹੀਂ ਕੀਤਾ ਦੁਬਾਰਤੀ ਦੇਖੋ ਕੀ ਕੀਤਾ ਹੋਰ ਇੱਕ ਹਾਂ ਦੇਖੋ ਐਵੇਂ ਸੀਗਾ ਇਹਨੂੰ ਇੱਥੋਂ ਦੇ ਨੇ ਆਹ ਬਣਾਇਆ ਇਹਦਾ ਇਹਨੂੰ ਇੱਧਰ ਚੱਕ ਕੇ ਰੱਖਦਾ ਦੇਖੋ ਐਵੇਂ ਬਣ ਜੂ ਨਹੀਂ ਉਹ ਵੀ ਨਹੀਂ ਬੰਦਾ ਪਿਆ ਯਾ ਇਹਨੇ ਇਹ ਗੈਰੋਂ ਇੱਧਰ ਲਾ ਬਸ ਇਹਨੂੰ ਇੱਕ ਡੱਬਾ ਇੱਧਰ ਨੂੰ ਘੁਮਾਤਾ ਆ ਦੇਖੋ ਦੇਖ ਵੇਰੇ ਇਹੀ ਕੀਤਾ ਇਹਨੇ ਤੋਂ ਇਹਦਾਂ ਨੂੰ ਇੱਥੇ ਆਹ ਕਾਲੇ ਦੇ ਲੈ ਗਿਆ ਇੱਕ ਡੱਬਾ ਘੁਮਾਤਾ ਐਵੇਂ ਇਹਨੂੰ ਇੱਥੇ ਲੈ ਜੋ ਮਤਲਬ ਕਿ ਇਹਨੂੰ ਜੇ ਇੱਕ ਡੱਬਾ ਘੁਮਾ ਦਾਂਗੇ ਇਹਨੇ ਐਵੇਂ ਬਣ ਜਾਣਾ ਦੇਖੋ ਹੈ ਕੋਈ ਆਵੇ ਈਡੀਏ ਦਾ ਆਨਸਰ ਕਲੀਅਰ ਲੋ ਇੱਕ ਕੁਐਸਚਨ ਹੋਰ ਦੇਖ ਲਈਏ ਦੇਖੋ ਜੀ ਮੈਂ ਇਹਦੇ 'ਚ ਇੱਥੇ ਕੀ ਫਿਲ ਹੋਊਗਾ ਇੱਕ ਤਾਂ ਤੁਸੀਂ ਆਹ ਡੱਬਾ ਬਣਾਉਗੇ ਫਿਰ ਇਹਨੂੰ ਕਾਲਸ ਵੀ ਕਰੋਗੇ ਠੀਕ ਹੈ ਇੱਕ ਆਹ ਕੋਰਨਰ ਵੀ ਲਾਉਗੇ ਇੱਕ ਇੱਥੇ ਬਿੰਦੀ ਵੀ ਲਾਉਗੇ ਮਤਲਬ ਕਿ ਆਹ ਜਿਹੜਾ ਡੱਬਾ ਹੈ ਇਹਦੇ ਅੰਦਰ ਇੱਕ ਤਾਂ ਲਾਈਨ ਮਾਰੂਗੇ ਇੱਕ ਬਿੰਦੀ ਮਾਰੂਗੇ ਇੱਕ ਆਹ ਕਰਕੇ ਇੱਥੇ ਨੂੰ ਛੇੜ ਵੀ ਕਰੂਗੇ ਦੇਖੋ ਕਿਹੜਾ ਅੰਦ ਲਾਈਨ ਤਾਂ ਨਹੀਂ ਮਰੀ ਹੋਈ ਆ ਤਾਂ ਨਹੀਂ ਬੰਦਾ ਬਿੰਦੀ ਲਾਣੀ ਐ ਆ ਮੇਰੀ ਗੱਲਾਂ ਗੜੁ ਦੰਡ ਲਾਈਨ ਕਰਕੇ ਤੇ ਵਿੱਚ ਨਹੀਂ ਲਾਈਨ ਬੰਨੀ ਸੀ ਆਨਸਰ ਬਣੂਗਾ ED ਵਿੱਚ ਲਾਈਨ ਨਹੀਂ ਮਾਨਣੀ ਇਹਦੇ ਚ ਬੇਟਾ ਦੇਖੋ ਕਲੀਅਰ ਐ ਬੇਟਾ ਸਮਝ ਆ ਗਿਆ ਇਹ ਤਾਂ ਇਜ਼ੀ ਨੇ ਬੇਟਾ ਕੁਝ ਨਹੀਂ ਕਰਨਾ ਬਸ ਉਹਨੂੰ ਵਿਜ਼ੂਅਲਾਈਜ਼ ਕਰਕੇ ਉੱਥੇ ਹੀ ਆਈਡੀਆ ਮਿਲ ਲੈ ਲੋ ਇੱਕ ਕੁਐਸਚਨ ਹੋਰ ਦੇਖੀਏ ਲੋ ਇਹਦਾ ਤੁਹਾਡੇ ਲਈ ਛੱਡਦਾ ਹਾਂ ਕਮੈਂਟ ਬਾਕਸ 'ਚ ਬੇਟਾ ਮੈਸੇਜ ਕਰਕੇ ਚੌਥਾ ਪੰਜਵਾਂ ਤੇ ਛੇਵਾਂ ਦਾ ਤੁਸੀਂ ਅੰਸਰ ਦੱਸਣਾ ਠੀਕ ਹੈ ਕੀ ਹੋਊਗਾ ਕਲੀਅਰ ਹੈ ਬੇਟਾ ਚਲੋ ਥੈਂਕ ਯੂ